बीजेपी तो वड्डी केड़ी करप्ट पार्टी है जिहड़े करोड़ां रुपये लै के जिन्हां दे एजेंट घूमदे ने, किस एमएलए नूं किन्ने देने ने, कित्थों चुक के कित्थे रखदे ने। इस वेले जे कोई सब तो वड्डा चैलेंज भारत दे विच है, जिहड़ा इन्हां ने जिहड़ा कैंपेन नफरत दा शुरू कीता होया है, वो पोलराइजेशन ऑफ द सोसाइटी। इंडिया फेसिंग पॉसिबल कलैप्स सेज नोबल लॉरिएट अमृत्य सेन। उन्होंने कहा द बिगेस्ट क्राइसिस दैट इंडिया वॉज फेसिंग टूडे वॉज द पॉसिबल कलैप्स ऑफ द नेशन। द प्रैक्टिस ऑफ बुलडोजिंग मुस्लिम होम्स एंड बिजनेसिस फॉर प्योरली पॉलिटिव रीजन इज प्रूफ दैट इंडिया इज ट्रांजिशनिंग प्रेटी ब्रेजनली इन टू ए क्रिमिनल हिंदू फासिस्ट एंटरप्राइज सेज अरुणधाति रॉय। एज ए हिंदू I can't stay silent about injustices in India committed in the name of our faith. दर्शकों ब्रेक बाद थोड़ा सब का भरपूर स्वागत है। सो व्यूअर्स गलबात करन जा रहे हैं कि इस सदी के सब तो झूठे आदमी नरेंद्र मोदी ने लाल किले तो फिर एक लंबा चौड़ा झूठ का पलंदा जारी किया, जिस दी आपां चीरफाड़ करन जा रहे हैं। सो असीं चाहवांगे कि तुसां नाल इसी तरह बने रहना, देखण सुन लिया लिखण लई तुहाडा सब दा बहुत बहुत शुक्रिया जी। डॉक्टर साहब की विचारां? देखो जदों अमित शाह नूं इक थां ते कन्फ्रंट कीता जर्नलिस्टां ने, क्योंकि मोदी ने तां 8 साल च कोई कदे प्रेस कॉन्फ्रेंस कीती नहीं, जिस लई वो की कहिंदा है और करदा की आ उस लई उहनूं जवाबदेह बनाया जाए। पर अमित शाह नूं एक प्रेस कॉन्फ्रेंस च एक जर्नलिस्ट ने पुछया कि भी तुसी तां 2014 दा तुहाडा कैंपेन सी कि जिहड़ा काला धन है ब्लैक मनी स्विस बैंकां च उह तुसी वापस लियाओगे और हर भारतीय शहरी दे अकाउंट दे विच 15-15 लाख रुपया आएगा, ते ओह खिसियाणे जी हसी हस के जिवें तुसी किसे नूं टीचर करदे हो कहिंदा अरे वो तो एक जुमला था। हुण उहदे तों जिहड़ा जो उहने गल कही, जिहड़े सचारे थोड़े बहुत पत्रकार ने उह तां इहनूं कहिंदे ही जुमलेबाज सरकार ने, लेकिन तुसी उहनां लोकां दा इह देखो जिहड़े खास तौर ते इंडियन सिस्टम च रहिण वाले लोक ने कि ਕਿਹੜੀ ਸੁਸਾਇਟੀ ਹੈ ਜਿਹੜੀ 8 ਸਾਲ ਸਿਰਫ ਤੇ ਸਿਰਫ ਜੁਮਲੇਬਾਜ਼ਾਂ ਨੂੰ ਸਹਾਰਦੀ ਚਲੀ ਜਾਏ, ਜਿਨ੍ਹਾਂ ਦੀ ਕਾਰਗੁਜ਼ਾਰੀ ਜਿੱਥੇ 43 ਲੱਖ ਜਿਹੜੀਆਂ ਨੇ ਉਹ ਲਾਸ਼ਾਂ ਵਿਛੀਆਂ ਹੋਣ ਕੋਵਿਡ-19 ਦੇ ਚੱਲਦਿਆਂ, ਬੇਰੁਜ਼ਗਾਰੀ ਸਿਖਰ 'ਤੇ ਹੋਏ, ਲਾਅ ਐਂਡ ਆਰਡਰ ਦਾ ਬੁਰਾ ਹਾਲ ਔਰ ਮੁਲਕ ਭਰ ਦੇ ਵਿੱਚ ਨਫ਼ਰਤ ਔਰ ਜਿਸ ਲੇਖਨ ਉਹਨਾਂ ਨੂੰ ਜੁਮਲੇਬਾਜ਼ੀ ਦੇ ਦਿਓ, ਅਯੁੱਧਿਆ ਮੰਦਰ ਦਾ ਜਿਹੜਾ ਹੈ ਉਹ ਛੁਣਛੁਣਾ ਫੜਾ ਦਿਓ, ਹੁਣ ਉਹ ਮਥੁਰਾ ਔਰ ਬਨਾਰਸ ਦੀ ਗੱਲ ਕਰ ਲਓ, ਪਾਕਿਸਤਾਨ ਦੇ ਖਿਲਾਫ਼ ਨਫ਼ਰਤ ਔਰ ਦੂਸਰੀ ਗੱਲ ਕਰ ਲਓ, ਚੀਨ ਦੇ ਖਿਲਾਫ਼ ਉਹ ਤਾਂ ਭਾਵੇਂ ਮੂੰਹ ਹੀ ਨਾ ਖੋਲੋ, ਉਹ ਵੀ ਉਹਨੂੰ ਪੁੱਛਣ ਨੂੰ ਨਹੀਂ ਹੈ ਕਿ ਭਾਈ ਤੂੰ ਅੱਗੇ ਕਹਿੰਦਾ ਸੀ ਜੀ ਕਿ ਪਹਿਲੀਆਂ ਨੇ ਚੀਨ ਇਸ ਲਈ 40,000 square kilometers ਜ਼ਮੀਨ 1962 'ਚ ਖੋਹ ਕੇ ਲੈ ਗਿਆ ਕਿਉਂਕਿ ਕਿਸੇ ਨੇ ਲਾਲ ਅੰਖ ਨਹੀਂ ਦਿਖਾਈ। ਉਹਨੂੰ ਪੁੱਛੇ ਵੀ ਤੇਰੀ ਲਾਲ ਅੱਖ ਕਿੱਥੇ ਹੈ ਜਦੋਂ ਕਿ ਤੁਹਾਡੇ ਥੱਲੋਂ ਕਿੰਨੀ ਧਰਤੀ ਉਹਨਾਂ ਨੇ ਤੇਰੇ ਹੁੰਦਿਆਂ ਖੋਈ ਹੈ, ਉਹਦਾ ਨਾਂ ਲੈਣ ਨੂੰ ਤਿਆਰ ਨਹੀਂ। ਲੇਕਿਨ ਇਹਦੇ ਬਾਵਜੂਦ ਗੱਲ ਇਹ ਨਹੀਂ ਹੈ, ਬਿਸ਼ੱਕ ਅਸੀਂ ਇਮਾਨ ਵਾਲੇ ਲੋਕ ਹਾਂ, ਅਸੀਂ ਮੰਨਦੇ ਹਾਂ ਕਿ ਜੀ ਕੂੜ ਨੇ ਖੁੱਟਿਆ ਨਾਨਕਾ ਓੜਕ ਸੱਚ ਰਹੀ, ਲੇਕਿਨ ਕਈ ਵਾਰ ਹੈਰਾਨੀ ਵੀ ਹੁੰਦੀ ਹੈ ਕਿ ਇਹ ਕਿਸ ਕਿਸਮ ਦੇ ਜੀਵ ਜੰਤੂ ਨੇ ਉੱਥੇ ਰਹਿਣ ਵਾਲੇ ਕਿ ਭਾਈ ਜਿਸ ਕਿਸਮ ਦੇ ਜੁਮਲੇਬਾਜ਼ ਝੂਠੇ ਕਰਪਟ ਬੇਈਮਾਨ ਸਿਰੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਕਿਵੇਂ ਟੋਲਰੇਟ ਕਰ ਰਹੇ ਨੇ ਇਸ ਲੀਡਰਸ਼ਿਪ ਨੂੰ। ਲੇਕਿਨ ਹਰ ਵਾਰ ਜੁਮਲਾ ਕੋਈ ਨਾ ਕੋਈ ਨਵਾਂ ਕਹਿਣਾ ਹੁੰਦਾ ਔਰ ਹੁਣ ਪਹਿਲਾਂ ਤਾਂ ਜਿਵੇਂ ਅਸੀਂ ਕਿਹਾ ਵੀ ਜੋ ਜ਼ਹਿਰ 75 ਸਾਲਾਂ ਤੋਂ ਸੁਸਾਇਟੀ ਦੇ ਵਿੱਚ ਫੈਲਿਆ ਔਰ ਜਿਹਨੂੰ ਇਹਨਾਂ ਨੇ ਪਿਛਲੇ 8 ਸਾਲ 'ਚ ਕੋਬਰਾ ਪੋਇਜ਼ਨ ਬਣਾ ਦਿੱਤਾ, ਕੋਬਰੇ ਦੇ ਜ਼ਹਿਰ ਵਰਗਾ ਨਫ਼ਰਤ, ਉਸ ਦੇ ਚੱਲਦਿਆਂ ਇਹ ਜਿਹੜਾ ਮਰਡਰਰ ਹੈ ਜਿਹਦੀਆਂ ਹੱਥਾਂ 'ਚੋਂ ਤੁਹਾਨੂੰ ਖੂਨ ਟਪਕਦਾ ਨਜ਼ਰ ਆਉਂਦਾ, 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਜਿਹੜਾ ਉਹ ਕਤਲੇਆਮ ਕੀਤਾ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਕੱਛ ਖੇਤਰ 'ਚੋਂ ਬੇਘਰੇ ਕੀਤਾ, ਉਹ ਇੱਕ ਵੱਡਾ ਜਿਹਾ ਸਾਫਾ ਬੰਨ ਕੇ ਵਿੱਚ ਤਿਰੰਗੇ ਦੀਆਂ ਧਾਰੀਆਂ ਮੁਗਲਾਂ ਦੇ ਬਣਾਏ ਲਾਲ ਕਿਲੇ 'ਤੇ ਚਲਾ ਜਾਂਦਾ। ਉਹ ਐਡਾ ਹੀ ਤੁਹਾਨੂੰ ਮੁਗਲਾਂ ਨਾਲ ਦੂਜਿਆਂ ਨਾਲ ਹੈ, ਢਾਹ ਦਿਓ ਸਾਰੇ, ਤੁਸੀਂ ਆਪਣੇ ਜਿਵੇਂ ਮੰਦਰ ਬਣਾ ਰਹੇ ਹੋ ਆਪਣਾ ਬਣਾਓ, ਤੁਹਾਨੂੰ ਸ਼ਰਮ ਨਹੀਂ ਆਉਂਦੀ?
75 ਸਾਲਾਂ ਤੋਂ ਤੁਸੀਂ ਉਹੀ ਮੁਗਲਾਂ ਦੇ ਬਣਾਏ ਕਿਲੇ ਚੋਂ ਖਲੋ ਕੇ ਤਾਂ ਆਪਣੀ ਜਿਹੜੀਆਂ ਨੇ ਉਹ ਦੇ ਰਹੇ ਹੋ, ਆਪਣੀਆਂ ਗੱਲਾਂ ਮਾਰ ਰਹੇ ਹੋ। ਲੇਕਿਨ ਜਦੋਂ ਹੈ ਹੀ ਝੂਠਿਆਂ ਦੇ ਝੂਠਾ ਇਹ, ਔਰ ਉੱਥੇ ਖਲੋ ਕੇ ਮੈਂ ਡਿਟੇਲ 'ਚ ਤਾਂ ਹੋਰ ਕੀ ਜਾਣਾ ਹੈ ਉਹਦੇ 'ਚ। ਹੁਣ ਇਹੀ ਹੈ, ਮੈਨੂੰ ਬਾਰ ਬਾਰ ਜਦੋਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਮੈਂ ਦੁਹਰਾਉਂਦਾ ਕਿ ਕਾਜ਼ੀਆਂ ਬਾਹਮਣਾਂ ਕੀ ਗੱਲ ਥੱਕੀ ਅਗਦ ਪੜ੍ਹੈ ਸ਼ੈਤਾਨ ਵੇ ਲਾ ਲਓ। ਕਿ ਜਦੋਂ ਸ਼ੈਤਾਨ ਸਕ੍ਰਿਪਚਰ ਨੂੰ ਇੰਟਰਪ੍ਰੀਟ ਕਰਨ ਲੱਗ ਜਾਏ, ਸ਼ੈਤਾਨ ਜਿਹੜਾ ਹੈ ਉਹ ਧਾਰਮਿਕ ਗ੍ਰੰਥਾਂ ਦਾ, ਕੁਰਾਨ ਸ਼ਰੀਫ ਜਾਂ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕਰਨ ਲੱਗ ਜਾਏ, ਉਹੀ ਮੋਦੀ ਦੇ ਮਾਮਲੇ 'ਚ ਹੈ। ਔਰ ਉਹਦੇ 'ਚ ਉਹਨੇ ਜਿਹੜਾ ਲੰਬਾ ਚੌੜਾ ਆਪਣਾ ਝੂਠ ਦਾ ਬਿਆਨੀਆ ਦਿੱਤਾ, ਉਹਨੇ ਕਿਹਾ ਜੀ ਮੈਂ ਇਹ ਕਹਾਂਗਾ ਕਿ 5 ਪਲੈਜ ਜਿਹੜੇ ਨੇ, 5 ਪ੍ਰਣ ਸਾਰੇ ਲੋਕ ਲੈਣ। ਔਰ ਹੁਣ ਇਕੱਲਾ ਇਹ ਨਹੀਂ ਵੀ ਇਹਨਾਂ ਨੂੰ ਇਹ 75 ਸਾਲ ਦੇ ਥੱਲੇ ਇਹਨਾਂ ਨੇ ਜ਼ਹਿਰ ਨੂੰ ਅੰਮ੍ਰਿਤ ਕਹਿ ਕੇ ਵੇਚ ਰਿਹਾ, ਨਾਲ ਦੀ ਨਾਲ ਅਗਲਾ ਝਾਂਸਾ 25 ਸਾਲ ਬਾਅਦ ਦਾ ਦਿਖਾ ਦਿੱਤਾ ਕਿ ਜੀ 2047 ਦੇ ਵਿੱਚ ਅਸੀਂ ਕੀ ਬਣ ਜਾਣਾ, ਅਸੀਂ ਆਤਮ ਨਿਰਭਰ ਹੋਈਏ ਅਸੀਂ, ਔਰ ਅਗਲੇ 25 ਸਾਲ ਕੀ ਕਰਨਾ। ਉਹਦਾ ਮਤਲਬ ਇਹ ਮੰਨ ਕੇ ਆਏ ਹੋਏ ਨੇ ਵੀ ਇਹਨਾਂ ਨੇ ਖਹਿੜਾ ਨਹੀਂ ਛੱਡਣਾ ਹੈ, ਇਹ ਸਾਰਾ ਜਿਹੜਾ ਲੋਕਾਂ ਦਾ ਖੂਨ ਚੂਸਣਾ। ਔਰ ਇਹ ਜਿਹੜਾ ਉਹਨੇ 76th ਇੰਡੀਪੈਂਡੈਂਸ ਡੇ ਦੀ ਸ਼ੁਰੂਆਤ ਹੋਈ, 75 ਸਾਲ ਪੂਰੇ ਹੋਏ, 5 ਜਿਹੜੇ ਉਹਨੇ ਕਿਹਾ, ਪਹਿਲਾਂ ਉਹਨੇ ਕਿਹਾ ਜੀ ਦਾ ਪਲੈਜ ਆਫ ਡਿਵੈਲਪਡ, ਕਿ ਭਾਈ ਅਸੀਂ ਆਪਣੇ ਆਪ ਨੂੰ ਵਿਕਸਿਤ ਕਰਨੇ, ਡਿਵੈਲਪ, ਬਹੁਤ ਚੰਗਾ ਡਿਵੈਲਪ ਕਰ ਰਹੇ ਹੋ ਤੁਸੀਂ, ਚੀਨ ਤੋਂ ਬਣੇ 75 ਸਾਲ ਬਾਅਦ ਚੀਨ ਦੇ ਬਣੇ ਤਿਰੰਗੇ ਭਾਰਤ ਝੂਲ ਰਹੇ ਨੇ, ਚੀਨ ਤੁਹਾਡਾ ਇਲਾਕਾ ਜਿਹੜਾ ਉਸਨੇ ਕਾਬੂ ਕੀਤਾ ਹੋਇਆ, ਔਰ ਤੁਸੀਂ ਜਿਹੜਾ ਉਹਨਾਂ ਦੇ ਨਾਲ ਜਿਹੜੀ ਟ੍ਰੇਡ ਹੈ ਉਹ 100 ਬਿਲੀਅਨ ਨੂੰ ਵੀ ਕ੍ਰੋਸ ਕੀਤੀ ਹੈ, ਇਹ ਪਹਿਲੇ 6 ਮਹੀਨਿਆਂ 'ਚ 2022 ਦੀ ਵਧੀ ਹੈ, ਔਰ ਤੁਹਾਡੀ ਡਿਵੈਲਪਮੈਂਟ ਦਾ ਹਾਲ ਇਸ ਤੋਂ ਹੀ ਅੰਦਾਜ਼ਾ ਲੱਗ ਸਕਦਾ ਕਿ ਭਾਈ ਤੁਸੀਂ ਹਰ ਚੀਜ਼ ਦੇ ਲਈ ਬਾਹਰ 'ਤੇ ਨਿਰਭਰ ਕਰਦੇ ਹੋ। ਫਿਰ ਦੂਸਰਾ ਕਹਿੰਦਾ ਸ਼ਨਿੰਗ ਦਾ ਮਾਇੰਡ ਸੈਟ ਆਫ ਸਰਵੀਚੂਟ, ਕਿ ਜੀ ਅਸੀਂ ਆਪਣੇ ਆਪ ਨੂੰ ਗੁਲਾਮ ਜ਼ਹਿਨੀਅਤ 'ਚੋਂ ਨਿਕਲੀਏ, ਵੀ ਤੇਰੇ ਤਾਂ ਘੜੀ ਤੋਂ ਲੈ ਕੇ ਅਤੇ ਤੇਰੇ ਗੋਗਲਸ ਅਤੇ ਪੈਨ ਤੱਕ ਜਿਹੜਾ ਹੈ ਉਹ ਸਾਰਾ ਕੁਛ ਹੀ ਬਾਹਰ ਲੈ। ਔਰ ਆ ਜਦੋਂ ਓਬਾਮਾ ਗਿਆ ਭਾਰਤ ਦੇ ਦੌਰੇ 'ਤੇ, ਉਹਨੂੰ ਤਾਂ 2-3 ਸੂਟ ਹੀ ਸੀ ਜਿਹੜੇ ਉਹਨੇ ਘਰਵਾਲੀ ਦੇ ਨਾਲ ਉੱਥੇ ਹੁੰਦਿਆਂ ਪਾਏ, ਹਰ ਓਕੇਜ਼ਨ ਬਾਅਦ ਇੱਕ ਸੂਟ, ਪਤਾ ਨਹੀਂ ਕਿੰਨੇ ਕਰੋੜ ਦਾ ਕਿ ਲੱਖ ਦਾ, ਨਮੋ 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 ਲਿਖਿਆ ਸੀ ਉਹਦੇ 'ਤੇ। ਉਹਨੇ ਕਿਹਾ ਜੀ ਨਮੋ ਨਮੋ ਕੋਈ ਸਲਿਊਟ ਟੂ ਦਾ ਗੋਡ, ਕਹਿੰਦਾ ਨਹੀਂ ਨਰਿੰਦਰ ਮੋਦੀ ਨਰਿੰਦਰ ਮੋਦੀ, ਨਾਨਾ ਮਾਮਾ ਨਮੋ ਨਮੋ। ਹੁਣ ਇਹ ਕਹਿ ਰਿਹਾ ਜੀ ਇਸ 'ਚੋਂ ਨਿਕਲੋ, ਵੀ ਤੁਸੀਂ ਤਾਂ ਹੈ ਹੀ ਗੁਲਾਮ ਜ਼ਹਿਨੀਅਤ ਹੋ, 1000 ਸਾਲ ਤੁਸੀਂ ਦਲੀਸ਼ਵਰੋ ਈਸ਼ਵਰੋ ਕਹਿੰਦੇ ਰਹੇ, ਹੁਣ ਵੀ ਤੁਸੀਂ ਪਹਿਲਾਂ ਸੋਵੀਅਤ ਯੂਨੀਅਨ ਦੇ ਗੁਲਾਮੀ ਕਰਦੇ ਰਹੇ ਉਹਨਾਂ ਦੀ, ਹੁਣ ਅੱਧ ਪਜੱਦੀ ਉੱਧਰ ਰਹਿ ਕੇ ਉੱਧਰ 2 ਬੀੜੀਆਂ 'ਤੇ ਪੈਰ ਰੱਖਿਆ ਹੈ, ਜੇ ਹੁਣ ਅਮਰੀਕਾ ਨੇ ਤਾਈਵਾਨ ਦੇ ਮੁੱਦੇ 'ਤੇ ਥੋੜ੍ਹੀ ਹਾਰਸ਼ ਲਾਈਨ ਲਈ ਹੈ, ਅਤੇ ਇੰਡੀਆ ਨੇ ਵੀ ਕਿਹਾ ਜੀ ਅਸੀਂ 1 ਚਾਈਨਾ ਪੋਲਿਸੀ ਦੀ ਗੱਲ ਨੂੰ ਦੁਬਾਰਾ ਨਹੀਂ ਦੁਹਰਾਉਂਦੇ, ਸੋ ਤੁਸੀਂ ਕਿਹੜੇ ਪਾਸੇ ਸਰਵੀਚੂਟ ਤਾਂ ਤੁਹਾਡੇ 'ਚ ਹੈ ਜਿਹੜੇ ਹਾਕਮ ਤੁਸੀਂ ਬੈਠੇ ਹੋਏ। ਫਿਰ ਉਹ ਕਹਿੰਦਾ ਟੇਕਿੰਗ ਪ੍ਰਾਈਡ ਇਨ ਰੂਟਸ, ਆਪਣੀਆਂ ਜੜ੍ਹਾਂ ਦੇ ਵਿੱਚ, ਵਾਹ 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 ਤੁਹਾਡੀਆਂ ਜੜ੍ਹਾਂ, ਕਿਆ ਕਹਿਣਾ। ਫਿਰ 1000 ਸਾਲ ਤੋਂ ਥੱਲੇ ਤਾਂ ਪਤਾਲ ਹੀ ਆ ਜਾਂਦਾ, 1000 ਸਾਲ ਦੀਆਂ ਜੜ੍ਹਾਂ ਦੇਖ ਲਓ ਕਿ ਤੁਹਾਡੀਆਂ ਕੀ ਨੇ, ਕਿ ਜਿਹੜਾ ਆਇਆ ਉਸ 'ਤੇ ਤੁਸੀਂ ਗੁਣ ਗਾਇਨ ਕੀਤੇ ਨੇ, ਜੋ ਆਇਆ ਉਸ 'ਤੇ ਦੀ ਤੁਸੀਂ ਗੁਲਾਮੀ ਕਬੂਲੀ ਹੈ ਖਿੜੇ ਮੱਥੇ। ਫਿਰ ਕਹਿੰਦਾ ਯੂਨਿਟੀ, ਬਹੁਤ ਵਧੀਆ ਤੁਸੀਂ ਯੂਨਿਟੀ ਕਰ ਰਹੇ ਹੋ, ਔਰ ਨਾਲ ਦੀ ਨਾਲ ਸੈਂਸ ਆਫ ਡਿਊਟੀ ਹੁਣ, ਔਰ ਉਸ ਤੋਂ ਪਹਿਲਾਂ ਉਹ ਕਰਪਸ਼ਨ ਦੀ ਗੱਲ ਕਰ ਚੁੱਕਾ ਸੀ ਕਿ ਜੀ ਇਹ ਜਿਹੜਾ ਭਾਈ ਭਤੀਜਾਵਾਦ, ਔਰ BJP ਤੋਂ ਵੱਡੀ ਕਿਹੜੀ ਕਰਪਟ ਪਾਰਟੀ ਹੈ ਜਿਹੜੇ ਕਰੋੜਾਂ ਰੁਪਈਏ ਲੈ ਕੇ ਜਿਨ੍ਹਾਂ ਦੇ ਏਜੰਟ ਘੁੰਮਦੇ ਨੇ, ਕਿਸ MLA ਨੂੰ ਕਿੰਨੇ ਦੇਣੇ ਨੇ, ਕਿੱਥੋਂ ਚੁੱਕ ਕੇ ਕਿੱਥੇ ਰੱਖਦੇ ਨੇ, ਕਿਸ ਲੈਵਲ ਦੇ ਉੱਤੇ ਕਰ ਰਹੇ। ਔਰ ਤੁਸੀਂ ਇਹ ਦੇਖੋ ਵੀ ਕਿਸ ਕਦਰੇ ਬੇਈਮਾਨ ਆਦਮੀ ਹੈ ਇਸ ਵੇਲੇ, ਜੇ ਕੋਈ ਸਭ ਤੋਂ ਵੱਡਾ ਚੈਲੰਜ ਭਾਰਤ ਦੇ ਵਿੱਚ ਹੈ, ਜਿਹੜਾ ਇਹਨਾਂ ਨੇ ਜਿਹੜਾ ਕੈਂਪੇਨ ਨਫ਼ਰਤ ਦਾ ਸ਼ੁਰੂ ਕੀਤਾ ਹੋਇਆ, ਉਹ ਪੋਲਰਾਈਜੇਸ਼ਨ ਆਫ ਦਾ ਸੁਸਾਇਟੀ। ਹੁਣ ਜੇ ਮੈਂ ਮੋਦੀ ਦੀ ਇਸ ਪਲੈਜ 'ਚ ਦੇਖਾਂ, ਇਹਦੇ 'ਚ ਕਿਤੇ ਇਹ ਨਹੀਂ ਹੈ ਕਿ ਭਾਈ ਕੌਮੀਨਲ ਹਾਰਮੋਨੀ, ਨਫ਼ਰਤ ਛੱਡੋ, ਇਹ ਦੇਸ਼ ਸਾਰਾ ਹੈ, ਬਾਕੀ ਕਮਿਊਨਿਟੀਜ਼ ਦਾ ਵੀ ਹੈ, ਰਲ ਮਿਲ ਕੇ ਨਾ, ਉਹ ਕਿਉਂਕਿ ਆਪਣਾ ਹਿੰਦੂਤਵਾ ਦਾ ਏਜੰਡਾ ਉਹਨੇ ਵੇਚਣਾ ਹੈ। ਔਰ ਇਸ ਸਾਰੇ ਦੇ ਉੱਤੇ ਈਵਨ ਆ 3 ਵੱਡੇ ਜਿਹੜੇ ਆਰਟੀਕਲ ਮੇਰੇ ਸਾਹਮਣੇ ਨੇ, ਮੈਂ ਸਿਰਫ ਉਹਦੀ ਹੈਡਲਾਈਨਸ ਹੀ ਪੜ੍ਹਾਂਗਾ। ਅਮ੍ਰਿਤਿਆ ਸੈਨ ਕਹਿੰਦਾ, ਨੋਬਲ ਲੋਰੀਏਟ ਇਕਨੋਮਿਕਸ ਦੇ ਵਿੱਚ, ਇੰਡੀਆ ਫੇਸਿੰਗ ਪੋਸੀਬਲ ਕਲੈਪਸ, ਸੇਜ਼ ਨੋਬਲ ਲੋਰੀਏਟ ਅਮ੍ਰਿਤਿਆ ਸੈਨ। ਉਹਨਾਂ ਨੇ ਕਿਹਾ ਦਾ ਬਿਗੈਸਟ ਕ੍ਰਾਈਸਿਸ ਦੈਟ ਇੰਡੀਆ ਵਾਸ ਫੇਸਿੰਗ ਟੂਡੇ ਵਾਸ ਦਾ ਪੋਸੀਬਲ ਕਲੈਪਸ ਆਫ ਦਾ ਨੇਸ਼ਨ। ਹੁਣ ਉਹਦਾ ਝੂਠ
लायर ऑफ द सेंचुरी उन्हू देखो तो अमृत्या सैन का देखो हूँ अरुण धाती रॉय जी बड़ी जबरदस्त राइटर और इंटरनेशनली अकलेम्ड जी है इंडिया इज बिकमिंग ए हिंदू फाशिस्ट एंटरप्राइज द प्रैक्टिस ऑफ बुलडोजिंग मुस्लिम होम्स एंड बिजनेस फॉर प्योरली पॉलिटिव रीजन इज प्रूफ दैट इंडिया इज ट्रांजिशनिंग प्रेटी ब्रेजनली इन टू ए क्रिमिनल हिंदू फाशिस्ट एंटरप्राइज सेज अरुण धाती रॉय कि भाई ये हिंदू फाशिस्ट क्रिमिनल स्टेट जी है बन रही है और अज ही मैं सरदार बैंस ह्यूस्टन तो ने उन्होंने एलए टाइम्स का एक आर्टिकल फॉरवर्ड किया जिहड़ा उन्होंने एलए टाइम्स ओप एड पेज के उत्ते है और ये अखिला एल अनंत ने लिखा जा रहा हिंदू सज्जन ने और ये है ओप एड है एज ए हिंदू आई कांट स्टे साइलेंट अबाउट इनजस्टिसिज इन इंडिया कमिटेड इन द नेम ऑफ अवर फेथ हूँ ये गल का ध्यान है कि एक हिंदू मजहब है हिंदू धर्म है धर्म हर एक हक है हिंदू तो वह आइडियोलॉजी है सावरकर गोलवलकर हेडगवेयर तो इन्हों तो भी पहला लाजपत राय जिहड़ा कॉम्यूनल हिंदू और ये एले टाइम्स अखिला एल आलनाथ कहते हैं कि भी जो भारत के इनजस्टिस चल रहे हैं मैं चुप नहीं रह सकता क्योंकि ये मेरे फेथ के नाते किए जा रहे हैं क्योंकि हालांकि हिंदू धर्म नाल इहदा कोई तालुक नहीं है पर हिंदुत्वा दे नाम थले सो असी समझते हैं कि भाई मोदी लायर ऑफ द सेंचुरी वो जो उत्थे खलो के कह रहे हैं और उस तो तुसी अंदाज़ा लाओ कि भाई उन्होंने कोई क्योंकि ये तो शुरू ही उन्होंने किया होया जो नफरत है जो मार मराई है जां दूजा है और जे तुसी मुख धारा मीडिया देखोगे मैं दिल्ली के हवाले नाल देख रहा सी कि जी फलाने मसीत दे मदरसे च मुसलमान और दूजे जड़े स्टूडेंट उन्होंने मदरसे दे बिठाए हुए ने उन्होंने पूरा इस्लामिक ड्रेस बनाया हुआ है और गा रहे ने सारे जहां से अच्छा हिंदुस्तान तिरंगे फड़े हुए ने जां दूजे ये दसण दे लई कि आ देख लो ये असी सारे ही जड़े ने हिंदू तो भी बना दते ने पर मैं समझदा कि भाई ये हौली 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 अल्टीमेटली ठीक है वक्त जरूर लगेगा एक्सपोज तो यह हो रहे हैं लेकिन पंजाब के सिख और कश्मीर के कश्मीरी जुझारुआ ने इस वही बावजूद लाल किले तो ये अपना झूठ परोस रहा सी और इधर एजेंसियां भी उन्होंने चार सिख नौजवान फड़े कि जी ISI का ऑपरेशन बेनकाब होया दिल्ली चो 15 अगस्त के मौके गड़बड़ करना चाहते सी फिर वो असं पहला ही कहा भी इस किस्म का इन्होंने कराना लेकिन पंजाब और कश्मीर इन्हों की हिक दे उत्ते हिंदू तवियां दे सप वांग लोटते ने क्योंकि केसरी निशान तिरंगे दे विच गड्या गया खालसाई परचम जिहड़ा वो गड्या गया और ये मोदी का जिहड़ा सारा ही जे कहना हो कि इस सदी का सब तो वड्डा झूठा बंदा वो अगेन एक नवा जिहड़ा झूठा फरमान लैके एक नवा झूठा पकवान लैके ਉਹ ਲਾਲ ਕਿਲੇ ਤੋਂ ਪਰੋਸ ਰਿਹਾ ਬਾਕੀ ਭਾਰਤੀਆਂ ਨੂੰ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਥ ਲੈਣਾ ਬ੍ਰੇਕ ਵਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ